ਸਕੂਟੀ ਦੇ ਜਾਰੇ ਦੋ ਭੈਣ ਭਰਾਵਾਂ ਨੂੰ ਲੁਟੇਰਿਆਂ ਨੇ ਨਿਸ਼ਾਨਾ ਬਣਾਇਆ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਇਹਨਾਂ ਦੇ ਨਾਲ 3 ਸਾਲ ਦੇ ਮਾਸੂਮ ਬੱਚੇ ਨੂੰ ਵੀ ਸੱਟਾ ਲੱਗਿਆ ਹੈ ਜਿਸ ਨੂੰ ਇਹਨਾਂ ਲੁਟੇਰਿਆਂ ਦੇ ਵੱਲੋਂ ਗੋਦੀ 'ਚ ਚੁੱਕ ਕੇ ਜ਼ਮੀਨ ਤੇ ਪਟਕ ਦਿੱਤਾ ਗਿਆ ਸੀ। ਦਰਅਸਲ ਇਹ ਦੋਨੋਂ ਭੈਣ ਭਰਾ ਸਕੂਟੀ ਤੇ ਸਵਾਰ ਹੋ ਕੇ ਜਾ ਰਹੇ ਸਨ ਤਾਂ ਪਿੱਛੋਂ ਬਾਈਕ ਤੇ ਆਏ ਦੋ ਲੁਟੇਰਿਆਂ ਦੇ ਵੱਲੋਂ ਇਹਨਾਂ ਨੂੰ ਟੱਕਰ ਮਾਰੀ ਜਾਂਦੀ ਹੈ ਅਤੇ ਫਿਰ ਸਕੂਟੀ ਤੇ ਸਵਾਰ ਇਹ ਦੋਨੋਂ ਭੈਣ ਭਰਾ ਹੇਠਾਂ ਡਿੱਗ ਜਾਂਦੇ ਨੇ। ਨਾਲ ਹੀ ਉਹਨਾਂ ਲੁਟੇਰਿਆਂ ਦੇ ਵੱਲੋਂ ਹਥਿਆਰ ਕੱਢ ਲਏ ਜਾਂਦੇ ਨੇ ਅਤੇ ਦੋਨਾਂ ਭੈਣ ਭਰਾਵਾਂ ਤੋਂ ਪੈਸੇ ਤੇ ਗਹਿਣੇ ਦੀ ਮੰਗ ਕੀਤੀ ਜਾਂਦੀ ਹੈ। ਲੁਟੇਰਿਆਂ ਦੇ ਵੱਲੋਂ ਮਾਸੂਮ ਬੱਚੇ ਨੂੰ ਵੀ ਮਾਂ ਦੀ ਗੋਦੀ ਚੋਂ ਖਿੱਚ ਕੇ ਜ਼ਮੀਨ ਤੇ ਪਟਕ ਦਿੱਤਾ ਜਾਂਦਾ ਹੈ ਜਿਸ ਨੂੰ ਸੱਟਾਂ ਵੀ ਲੱਗੀਆਂ ਨੇ। ਮੂੰਹ ਬਣ ਕੇ ਦੋਨੋਂ ਲੁਟੇਰੇ ਗਹਿਣੇ ਤੇ ਨਗਦੀ ਲੈ ਕੇ ਫਰਾਰ ਹੋ ਜਾਂਦੇ ਨੇ। ਵੱਡੀ ਗੱਲ ਇਹ ਹੈ ਕਿ ਇੱਥੇ ਪੁਲਿਸ ਦੀ ਕਾਰਗੁਜ਼ਾਰੀ ਤੇ ਵੀ ਸਵਾਲ ਖੜੇ ਹੋ ਰਹੇ ਨੇ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਇਸ ਵਾਰਦਾਤ ਨੂੰ 4 ਦਿਨ ਬੀਤ ਚੁੱਕੇ ਨੇ ਤੇ ਚੌਥੇ ਦਿਨ ਪੁਲਿਸ ਮੌਕੇ ਤੇ ਵਾਰਦਾਤ ਦਾ ਜਾਇਜ਼ਾ ਲੈਣ ਦੇ ਲਈ ਪਹੁੰਚੀ ਹੈ। ਇਹ ਮਾਮਲਾ ਦਸੂਹਾ ਤੋਂ ਸਾਹਮਣੇ ਆਇਆ। ਦਸੂਹਾ ਦੇ ਵਿੱਚ ਇਹ ਭੈਣ ਭਰਾ ਸਕੂਟੀ ਤੇ ਸਵਾਰ ਹੋ ਕੇ ਜਾ ਰਹੇ ਸਨ ਜਿਸ ਦੌਰਾਨ ਇਹਨਾਂ ਦੇ ਨਾਲ ਲੁੱਟ ਦੀ ਵਾਰਦਾਤ ਹੁੰਦੀ ਹੈ ਅਤੇ ਦੋ ਬਾਈਕ ਸਵਾਰ ਲੁਟੇਰੇ ਆ ਕੇ ਇਹਨਾਂ ਦੀ ਨਗਦੀ ਗਹਿਣੇ ਲੁੱਟ ਕੇ ਫਰਾਰ ਹੋ ਜਾਂਦੇ ਨੇ। ਨਾਲ ਹੀ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਵੀ ਕਰਦੇ ਨੇ। ਮਾਂ ਦੀ ਗੋਦ ਵਿੱਚ 3 ਸਾਲ ਦਾ ਮਾਸੂਮ ਵੀ ਸੀ ਜਿਸ ਨੂੰ ਬਿਰਹਿਮੀ ਦੇ ਨਾਲ ਗੋਦੀ ਚੋਂ ਚੁੱਕ ਕੇ ਜ਼ਮੀਨ ਤੇ ਪਟਕ ਦਿੱਤਾ ਜਾਂਦਾ ਹੈ। ਫਿਲਹਾਲ ਪੁਲਿਸ ਦਾ ਕਹਿਣਾ ਹੈ ਕਿ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ ਤੇ ਜਲਦ ਹੀ ਉਹਨਾਂ ਨੂੰ ਕਾਬੂ ਵੀ ਕਰ ਲਿਆ ਜਾਏਗਾ। ਪਰ ਇਸ ਲੁੱਟ ਦੀ ਵਾਰਦਾਤ ਤੋਂ ਬਾਅਦ ਪਿੰਡ ਦੇ ਵਿੱਚ ਵੀ ਸਹਿਮ ਦਾ ਮਾਹੌਲ ਹੈ। ਸਰ ਅਸੀਂ ਇੱਥੋਂ ਜਾਂਦੇ ਪਏ ਸੀ, ਮੈਂ ਨੰਗਲ ਤੋਂ ਜਾ ਰਹੀ ਸੀ ਮਾਪਿਆਂ ਦੇ ਨਾਲ। ਕੌਣ ਸੀ? ਬ੍ਰਦਰ ਹੀਗਾ ਮੇਰਾ। ਕਾਦੇ ਤੇ ਸੀਗੇ? ਆਈ ਸਕੂਟਰੀ ਤੇ ਹੀ ਹੈ ਜੀ। ਬੇਟਾ ਹੀਗਾ ਮੇਰੇ ਹੱਥ 'ਚ। ਸਰ ਅਸੀਂ ਜਾਂਦੇ ਪਏ, ਪਾਣੀ ਜਿੱਦਾਂ ਹੀ ਕਰੋਸ ਕੀਤਾ ਹੈ, ਅਸੀਂ ਸਕੂਟਰੀ ਹੌਲੀ ਕਰਤੀ ਸੀ ਵੀ ਪਾਣੀ ਕਰੋਸ ਕਰਦੇ ਨੇ, ਉਹਦੇ ਨਾਲ ਹੀ ਉਹਨਾਂ ਨੇ ਜਿੱਦਾਂ ਹੀ ਸਹੀ ਸਕੂਟਰੀ ਹੌਲੀ ਕੀਤੀ ਉਹਨਾਂ ਨੇ ਮੋਟਰਸਾਈਕਲ ਮਾਰਤਾ ਪਿਛਲੀ ਸਾਈਡ ਦੇ ਹੱਥ। ਕਿੰਨੇ ਜਣੇ ਸੀਗੇ? ਉਹ 2 ਜਣੇ ਸੀਗੇ, ਇੱਕ ਸਰਦਾਰ ਸੀਗਾ ਇੱਕ ਮੋਨਾ ਸੀਗਾ। ਮੂੰਹ ਬੰਨੇ ਸੀਗੇ, ਨੰਗੇ ਸੀਗੇ? ਇਹ ਅਗਲੇ ਦਾ ਜਿਹੜਾ ਮੂੰਹ ਮੇਰੇ ਭਰਾ ਨੇ ਖੋਲਿਆ ਸੀਗਾ, ਖੋਲਤਾ ਸੀਗਾ ਹੱਥ ਮਾਰ ਕੇ, ਉਹਦਾ ਰੁਮਾਲ ਥੱਲੇ ਹੋ ਗਿਆ, ਪਿਛਲੇ ਨੇ ਪੂਰਾ ਕਵਰ ਕੀਤਾ ਸੀ ਮੂੰਹ। ਅੱਛਾ, ਫਿਰ ਉਸ ਤੋਂ ਬਾਅਦ? ਉਹ ਤੋਂ ਬਾਅਦ ਉਹਨਾਂ ਨੇ ਡਾਂਟ ਕੱਢਿਆ ਭਰਾ ਦੀ ਬਾਂਹ ਤੇ ਮਾਰਿਆ ਤੇ ਸਕੂਟਰੀ ਸਾਡੀ ਥੱਲੇ ਸੜਤੀ ਹੈ, ਭਰਾ ਨੀਚੇ ਆ ਗਿਆ, ਮੁੰਡਾ ਖਿੱਚ ਲਿਆ ਉਹਨਾਂ ਨੇ, ਮੁੰਡਾ ਰੋਡ ਤੇ ਸੜਤਾ। ਤੁਹਾਡੇ ਹੱਥ 'ਚ ਹੀ ਮੁੰਡਾ ਸੀ? ਹਾਂਜੀ, ਮੇਰੀ ਗੋਦੀ। ਕਿੰਨੇ ਸਾਲ ਦਾ ਸੀ? ਇਹ 4 ਸਾਲ ਦਾ ਹੈ। ਅੱਛਾ। ਮੈਂ ਗੋਦੀ 'ਚ ਪਾਇਆ ਸੀ, ਖਿੱਚ ਕੇ ਥੱਲੇ ਮੂੰਹ ਭਰ ਪਿਆ ਮੁੰਡਾ, ਫਿਰ ਉਹਨਾਂ ਨੇ ਮੇਰੀ ਕੰਨਾਂ ਨੂੰ ਹੱਥ ਪਾਇਆ, ਮੇਰੀਆਂ ਬਾਲੀਆਂ ਖੋਲ੍ਹਣੀਆਂ, ਫਿਰ ਉਹਨਾਂ ਨੇ ਨਾਲ ਹੀ ਪਰਸ ਨੂੰ ਡਾਢ ਨਾਲ ਵੱਢ ਕੇ ਉੱਪਰਲੀ ਤਣੀ ਉਹ ਪਰਸ ਲੈ ਗਏ। ਉਹ ਤੋਂ ਬਾਅਦ ਉਹਨਾਂ ਨੇ ਜਾਣ ਲੱਗਿਆ ਮੇਰੇ ਭਰਾ ਦੀ ਲੱਤ 'ਤੇ ਵੀ ਡਾਂਟ ਮਾਰਿਆ, ਤਾਂ ਉਹ ਤੋਂ ਬਾਅਦ ਚਲੇ ਗਏ। ਅਸੀਂ ਮਗਰ ਨੱਠੇ ਹਾਂ, ਕੋਈ ਪਤਾ ਨਹੀਂ ਚੱਲਿਆ ਵੀ ਕਿੱਧਰ ਨੂੰ ਗਏ ਆ ਕਿੱਧਰ ਨੂੰ ਨਹੀਂ ਹੈ, ਪਰ ਇਹ ਵਾਪਸੀ ਉਹ ਨੰਗਲ ਵਾਲੀ ਸਾਈਡ ਨੂੰ ਮੁੜਿਆ, ਬਲਡੇ ਨੂੰ ਨਹੀਂ ਗਏ। ਅਤੇ ਲਗਭਗ ਕਿੰਨੇ ਕੁ ਦਾ ਸਮਾਨ ਸੀ ਜਿਹੜਾ ਤੁਹਾਡਾ ਉਹਨਾਂ ਨੇ ਖੋਇਆ? ਸਰ ਮੇਰਾ ਮੰਗਲ ਸੂਤਰ ਆ, ਬਾਲੀਆਂ ਸੀਗੀਆਂ ਸਰ, ਵਿੱਚ ਬਾਕੀ ਵੀ ਸਮਾਨ ਸੀਗਾ, ਕੈਸ਼ ਵੀ ਹੈਗਾ 10,000 ਰੁਪਇਆ। ਮੰਗਲ ਸੂਤਰ ਸੋਨੇ ਦਾ ਸੀਗਾ? ਹਾਂਜੀ ਹਾਂਜੀ। ਉਸ ਤੋਂ ਬਾਅਦ ਤੁਸੀਂ ਪੁਲਿਸ ਕੰਪਲੇਂਟ ਕਰਾਈ? ਹਾਂਜੀ ਹਾਂਜੀ, ਹਾਜੀਪੁਰ ਥਾਣੇ 'ਚ ਕੰਪਲੇਂਟ ਕਰਾਈ ਹੈ ਸੀ। ਸ਼ੁੱਕਰਵਾਰ ਨੂੰ ਸਾਡੇ ਨਾਲ 3:15 ਵਜੇ ਹੋਇਆ ਇਹਦਾ, ਸ਼ਨੀਵਾਰ ਨੂੰ ਅਸੀਂ ਕੰਪਲੇਂਟ ਲਿਖਾਈ ਹੈ ਸਵੇਰੇ। ਮੈਡਮ ਕੀ ਮੰਗ ਕਰਦੇ ਹੋ ਪੁਲਿਸ ਪ੍ਰਸ਼ਾਸਨ ਤੋਂ? ਵੀ ਸਾਡਾ ਹੱਲ ਕੀਤਾ ਜਾਏ, ਜਿਹੜੇ ਚੋਰ ਨੇ ਇਹਨਾਂ ਨੂੰ, ਅਸੀਂ ਬਾਹਰ ਤਾਂ ਨਿਕਲਣ ਜੋਗੇ ਨਹੀਂ ਰਹੇ, ਅਸੀਂ ਵਾਰ ਵਾਰ ਉੱਧਰ ਜਾਂਦੇ ਹਾਂ, ਹੁਣ ਮਾਪਿਆਂ ਦੇ ਵੀ ਆਉਣਾ, ਸਹੁਰਿਆਂ ਦੇ ਵੀ ਆਉਣਾ, ਤਾਂ ਸਾਨੂੰ ਇਸ ਰਸਤੇ ਤੋਂ ਬਿਲਕੁਲ ਡਰ ਹੈ ਵੀ ਨਹੀਂ ਆ ਸਕਦੇ। ਹਾਂਜੀ ਸਰ, ਅਲਕਾ ਹੈਗੀ, ਅਲਕਾ ਨਾਮ ਦੀ ਕੁੜੀ ਹੈ, ਮੋਹਨ ਸਿੰਘ ਦੇ ਘਰ ਵਾਲੀ ਹੈ, ਨੰਗਲ ਬਿਆਲਿਆਂ ਤੋਂ। ਇਹਦਾ ਬ੍ਰਦਰ ਹੈਗਾ ਬਲੇ ਤੋਂ, ਆਪਣੇ ਬ੍ਰਦਰ ਨਾਲ ਆਪਣੇ ਬੱਚੇ ਨਾਲ ਜਾ ਰਹੀ ਸੀ ਐਕਟਿਵਾ ਦੇ ਉੱਤੇ, ਜਦੋਂ ਬਾਠਾਂ ਦੇ ਬਾਠਾਂ ਤੋਂ ਅੱਗੇ ਲੰਘੇ ਆ, ਜੰਗਲੀ ਏਰੀਆ ਪੈਂਦਾ ਉੱਥੇ, ਉੱਥੋਂ 2 ਮੁੰਡੇ ਆਏ ਲਟੇਰੇ, ਉਹਨਾਂ ਦਾ ਗਹਿਣੇ ਆ ਅਤੇ ਪਰਸ ਖੋ ਕੇ ਚਲ ਗਏ ਆ। ਅਸੀਂ ਤਫਤੀਸ਼ ਕਰ ਰਹੇ ਹਾਂ, ਬਾਕੀ CCTV ਕੈਮਰੇ ਵੀ ਦੇਖ ਰਹੇ ਹਾਂ। ਜਿਹੜੇ ਮਦਈ ਉਹਨਾਂ ਦੇ ਕਹਿਣਾ ਸੀ ਵੀ ਉਹਨਾਂ ਦੇ ਕੋਲ ਹਥਿਆਰ ਸੀਗੇ? ਹਾਂ, ਇਹਨਾਂ ਦੇ ਕਹਿਣ ਮੁਤਾਬਕ ਉਹ ਕਹਿੰਦੇ ਦਾਤਰ ਸੀਗਾ ਉਹਨਾਂ ਕੋਲ, ਦਾਤਰ ਨਾਲ ਲੜਾਇਆ। ਇੱਕ ਛੋਟਾ ਬੱਚਾ ਵੀ ਸੀ ਨਾਲ ਉਹਨਾਂ ਦੇ, ਦੱਸੇ ਕਿ ਉਹ ਵੀ ਜ਼ਖਮੀ ਹੋਇਆ ਇਸ ਮਾਮਲੇ ਵਿੱਚ? ਹਾਂ, ਬੱਚੇ ਦਾ ਵੀ ਦੱਸਿਆ ਨਾ, ਬੱਚੇ ਨੂੰ ਨਾਲ ਲੈ ਕੇ ਆਪਣੇ ਭਰਾ ਦੀ ਸਕੂਟਰੀ 'ਤੇ ਬੈਠੇ ਸੀਗੇ ਇਹ, ਇਹਨਾਂ ਤਿੰਨਾਂ ਨੂੰ ਪਿੱਛੋਂ ਟੱਕਰ ਮਾਰੀ ਹੈ, ਇਹਨਾਂ ਸਕੂਟਰੀ ਡੱਪੀ ਆ, ਅਤੇ ਇੱਕ ਮੁੰਡਾ ਜਿਹੜਾ ਮੋਟਰਸਾਈਕਲ ਚਲਾਉਂਦਾ ਸੀ ਉਹਦਾ ਮੋਟਰਸਾਈਕਲ ਉੱਤੇ ਰਿਹਾ ਸਟਾਰਟ ਕਰਕੇ, ਦੂਜਾ ਮੁੰਡਾ ਜਿਹੜਾ ਸੀਗਾ ਉਹਨਾਂ ਨੂੰ ਰਾਤ ਨੂੰ ਲਗਾ ਕੇ ਇਹਨਾਂ ਦੀਆਂ ਬਾਲੀਆਂ ਅਤੇ ਮੰਗਲ ਸੂਤਰ ਵਗੈਰਾ ਅਤੇ ਇੱਕ ਪਰਸ ਸੀਗਾ ਖੋਹ ਕੇ ਚੱਲ ਗਏ।